ਮੈਂ ਜੀ ਕਹਿਣਾ ਚਾਹੁੰਦਾ ਕਿ ਮੇਰੇ ਨਗਰ ਨੇ ਜਿਹੜਾ ਸਾਨੂੰ ਤੀਸਰੀ ਵਾਰ ਜਿਹੜਾ ਸਰਪੰਚ ਸਰਪੰਚੀ ਦੇ ਕੇ ਨਵਾਜਿਆ ਤੇ ਪੂਰਾ ਹੱਥ ਇਸ ਨਗਰ ਨੇ ਇਸ ਪਰਿਵਾਰਾਂ ਨੇ ਜਿੰਨੀ ਕਿ ਮੇਰੀ 550 ਦੇ ਕਰੀਬ ਵੋਟ ਆ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਮੇਰੇ ਨਾਲ ਪਹਿਲਾਂ ਵੀ ਜਿਹੜੀ ਟੀਮ ਸੀ ਉਹ ਵੀ ਬਹੁਤ ਵਧੀਆ ਸੀਗੀ ਪਹਿਲੀ ਟਰਨ 'ਚ ਵੀ ਅਤੇ ਦੂਜੀ ਟਰਨ ਦੇ ਵਿੱਚ ਵੀ ਅਤੇ ਹੁਣ ਵੀ ਬਹੁਤ ਸੁਚੱਜੇ ਅਤੇ ਸਮਝਦਾਰ ਜਿਹੜੇ ਮੈਂਬਰ ਸਾਹਿਬਾਨ ਬਣੇ ਆ ਅਤੇ ਜਿਸ ਤਰ੍ਹਾਂ ਮੇਰੇ ਨਾਲ ਸੁਖਰਾਜ ਸਿੰਘ ਭਾਟੀਆ ਜਸਮੇਲ ਸਿੰਘ ਜੀ ਸਰਦਾਰ ਸੁਰਜੀਤ ਸਿੰਘ ਜੀ ਸਰਦਾਰ ਜੋਗਾ ਸਿੰਘ ਜੀ ਸਰ ਸੁਖਜਿੰਦਰ ਸਿੰਘ ਜੀ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਅਤੇ ਨਗਰ ਨਿਵਾਸੀਆਂ ਦਾ ਸਭ ਤੋਂ ਵੱਡਾ ਸਹਿਯੋਗ ਆ ਹਰ ਇੱਕ ਇਨਸਾਨ ਨੇ ਹਰ ਇੱਕ ਬੀਬੀ ਭੈਣ ਭਰਾ ਨੇ ਸਾਨੂੰ ਜਿਹੜਾ ਵੋਟਾਂ ਪਾ ਕੇ ਨਿਵਾਜਿਆ ਉਹਨਾਂ ਨੇ ਆਪਣਾ ਫਰਜ਼ ਅਦਾ ਕੀਤਾ ਹੁਣ ਸਾਡਾ ਫਰਜ਼ ਆ ਕਿ ਅਸੀਂ ਉਹ ਜੋ ਕੰਮ ਪੈਣ ਦੇ ਅਧੂਰੇ ਕੋਈ ਅਤੇ ਉਹ ਅਸੀਂ ਪੂਰੇ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਹੀ ਸਾਨੂੰ ਕੋਈ ਛੋਟੀ ਮੋਟੀ ਗ੍ਰਾਂਟ ਕੋਈ ਆਊਗੀ ਉਸੇ ਹਿਸਾਬ ਨਾਲ ਅਸੀਂ ਚੱਲਾਂਗੇ ਅਤੇ ਕੰਮ ਜਿਹੜੇ ਅਸੀਂ ਜਿਹੜੇ ਰਹਿੰਦੇ ਅਧੂਰੇ ਆ ਉਹ ਕਰਨੇ ਆ ਸੋ ਇਸ ਨਗਰ ਨੇ ਹਰ ਇੱਕ ਇਲੈਕਸ਼ਨ ਦੇ ਵਿੱਚ ਚਾਹੇ ਉਹ ਬਲਾਕ ਸੰਮਤੀ ਹੋਵੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਐੱਮ ਐੱਲ ਏ ਦੀ ਹੋਵੇ ਲੋਕ ਸਭਾ ਦੀ ਐੱਮ ਪੀ ਦੀ ਹੋਵੇ ਇਹਨਾਂ ਨੇ ਬਹੁਤ ਡਟ ਕੇ ਸਹਿਯੋਗ ਦਿੱਤਾ ਅਸੀਂ ਕਾਫੀ ਦੇਰ ਤੋਂ ਚੱਲੇ ਹੋਏ ਹਾਂ 2000 ਤੋਂ ਇਹ ਸ਼ੁਰੂ ਹਾਂ ਸਮਝ ਲਓ ਜੀ ਅਤੇ ਅੱਜ ਤੱਕ ਅਸੀਂ ਹਰ ਇੱਕ ਦੇ ਨਾਲ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹਰ ਇੱਕ ਪਾਰਟੀਆਂ ਪਿਛਲੀ ਇਲੈਕਸ਼ਨ ਦੇ ਵਿੱਚ ਐੱਮ ਪੀ ਦੀ ਜਿਹੜੀ ਇਲੈਕਸ਼ਨ ਹੋ ਕੇ ਹੋਈ ਆ ਉਹਦੇ ਵਿੱਚ ਸਾਡੇ ਨਗਰ ਨੇ ਤਿੰਨਾਂ ਪਿੰਡਾਂ ਨੇ ਇਹ ਪ੍ਰਣ ਕੀਤਾ ਸੀਗਾ ਕਿ ਆਪਾਂ ਇੱਕੋ ਹੀ ਬੂਥ ਜਿਹੜਾ ਵਾ ਸਾਰਿਆਂ ਦਾ ਸਾਂਝਾ ਹੋਵੇ ਇਹ ਏਕਤਾ ਜਿਹੜੀ ਆ ਅਸੀਂ ਉਹ ਇਸ ਨਗਰ ਨੇ ਪਹਿਲੀ ਵਾਰ ਦਿਖਾਈ ਆ ਅਤੇ ਇੱਕੋ ਮੇਜ਼ ਦੇ ਉੱਪਰ ਹੀ ਪਰਚੀਆਂ ਸਾਰਿਆਂ ਨੇ ਕੱਟੀਆਂ ਜਾਣੀਆਂ ਕੋਈ ਕਿਸੇ ਦਾ ਵਿਰੋਧੀ ਹੋਵੇ ਕੋਈ ਹੋਵੇ ਸਾਰਿਆਂ ਨੂੰ ਇਕਮੁੱਠ ਕੀਤਾ ਅਤੇ ਮੇਰੇ ਨਗਰ ਦੇ ਪੁਰਾਣੇ ਸਰਪੰਚ ਸਾਬਕਾ ਸਰਪੰਚ ਚੇਅਰਮੈਨ ਜਾਂ ਸਾਡੇ ਵਿੱਚੋਂ ਜਿੰਨੇ ਵੀ ਬੰਦੇ ਬਣੇ ਆ ਉਹਨਾਂ ਨੇ ਰਲ ਮਿਲ ਕੇ ਜਿਹੜਾ ਵਾ ਉਹ ਇਕੱਠੇ ਕਰਨ ਦੀ ਕੋਸ਼ਿਸ਼ ਹਮੇਸ਼ਾ ਕੀਤੀ ਆ ਸੋ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਫਿਰ ਦੁਬਾਰਾ ਮੈਂ ਕਹਿੰਦਾ ਕਿ ਮੇਰੇ ਨਗਰ ਨੇ ਬਹੁਤ ਵੱਡਾ ਸਾਨੂੰ ਸਾਥ ਦਿੱਤਾ ਸਾਨੂੰ ਪੂਰੇ ਬਹੁਮਤ ਦੇ ਨਾਲ 4 ਮੈਂਬਰ ਦੇ ਕੇ ਨਵਾਜਿਆ ਤਾਂ ਮੈਂ ਉਹਨਾਂ ਦਾ ਕੋਟ ਨੂੰ ਕੋਟ ਧੰਨਵਾਦ ਕਰਦਾ ਅਤੇ ਮੈਂ ਇਹਨਾਂ ਦਾ ਜਿਹੜਾ ਦਿੱਤਾ ਹੋਇਆ ਫਤਵਾ ਉਹਨੂੰ ਮੈਂ ਕਦੇ ਵੀ ਨਹੀਂ ਭੁੱਲਾਂਗਾ ਨਾ ਮੇਰੀ ਪੰਚਾਇਤ ਭੁੱਲੂਗੀ ਬਹੁਤ ਸੁਚੱਜੇ ਅਤੇ ਵਧੀਆ ਤਰੀਕੇ ਦੇ ਨਾਲ ਇਹ ਕੰਮ ਜਿਹੜਾ ਨਿਪਰੇ ਚਾ ਰਿਹਾ ਜੀ ਸਭ ਤੋਂ ਇਹੋ ਮੈਂ ਗੱਲਾਂ ਕਹਿੰਦਾ ਹੋਇਆ ਕਿ ਮਾਤਾ ਜਾ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖਣ ਕੇ ਵੱਡੇ ਦੇ ਸਾਰੇ ਵਸਨੀਕ ਤਿੰਨਾਂ ਪੰਚਾਇਤਾਂ ਦੀ ਪੰਚਾਂ ਸਰਪੰਚਾਂ ਨੂੰ ਆਪਣੇ ਤਹਿ ਦਿਲੋਂ ਬਹੁਤ ਬਹੁਤ ਵਧਾਈਆਂ ਦਿੰਦਾ ਨਾਲ ਅਪੀਲ ਕਰਦਾ ਕਿ ਵੀ ਤਨਦੇਹੀ ਦੇ ਨਾਲ ਆਪਣਾ ਜਿਹੜਾ ਇਹ ਸਮੁੱਚੀ ਮਾਨਵਤਾ ਵਾਸਤੇ ਆਪਣਾ ਕੰਮ ਕਰਨ ਇਹੋ ਹੀ ਸਾਡੀ ਤਕੀਦ ਆ ਵੀ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਅਤੇ ਅਥਵਾਕ ਸ਼ਾਂਤੀ ਦੇ ਨਾਲ ਆਪਣੇ ਨਗਰ ਨਿਵਾਸੀ ਜਿਹੜੇ ਖੁਸ਼ੀਆਂ ਖੇੜੇ ਇਹਨਾਂ ਦੇ ਵਿੱਚ ਬਸ ਚੱਲਦੇ ਰਹਿਣ ਵਾਹਿਗੁਰੂ ਜੀ ਖਾਲਸਾ ਤੁਸੀਂ ਸਾਰੇ ਨਗਰ ਨਿਵਾਸੀ ਵਧਾਈ ਦੇ ਪਾਤਰ ਹੋ ਉਸ ਤੋਂ ਬਾਅਦ ਮੈਂਬਰ ਪੰਚਾਇਤ ਸਾਹਿਬਾਨ ਵਧਾਈ ਦੇ ਪਾਤਰ ਹੋ ਸਰਪੰਚ ਸਾਹਿਬ ਵਧਾਈ ਦੇ ਪਾਤਰ ਹੋ ਜਿਹੜੀ ਨਵੀਂ ਪੰਚਾਇਤ ਚੁਣੀ ਗਈ ਆ ਸੋ ਬਾਬਾ ਜੀ ਨੇ ਦੱਸਿਆ ਗੁਰਦੇਵ ਸਿੰਘ ਹੋਣਾਂ ਨੇ ਕਿ ਬਖਸ਼ੀਸ਼ ਸਿੰਘ ਤੀਸਰੀ ਵਾਰ ਸਰਪੰਚ ਬਣੇ ਆ ਮੈਂ ਸੋਚਦਾ ਕਿ ਬੰਦਾ ਜਦੋਂ ਪਹਿਲੀ ਵਾਰ ਸਰਪੰਚ ਬਣਦਾ ਹੋ ਸਕਦਾ ਉਹ ਪਹਿਲੀ ਵਾਰ ਆਪਣੇ ਫੇਸ ਇੰਪ੍ਰੈਸ਼ਨ ਦੇ ਹਿਸਾਬ ਨਾਲ ਬਣ ਜਾਂਦਾ ਹੋਵੇ ਜਾਂ ਪਰਿਵਾਰ ਦੇ ਹਿਸਾਬ ਨਾਲ ਬਣ ਜਾਂਦਾ ਹੋਵੇ ਜਾਂ ਕੁਛ ਹੋਰ ਸਿਆਸੀ ਦਾ ਵਾਕ ਜਾਂ ਵਧੀਆ ਤਰੀਕੇ ਨਾਲ ਉਹਦਾ ਸਿਆਸਤ ਵਿੱਚ ਸੋਹਣਾ ਫੈਲ ਹੋਵੇ ਨਾ ਹੋਵੇ ਉਸ ਬਦੌਲਤ ਬਣ ਜਾਂਦਾ ਹੋਵੇ ਪਰ ਜਦੋਂ ਬੰਦਾ ਦੂਸਰੀ ਵਾਰ ਸਰਪੰਚ ਬਣਦਾ ਨਾ ਤਾਂ ਉਹ ਸਰਪੰਚ ਬਣਦਾ ਵਾ ਆਪਣੇ ਕੀਤੇ ਹੋਏ ਕੰਮਾਂ ਦਾ ਕਰਦਾ ਦੂਜੀ ਵਾਰ ਜੇ ਉਹਨੂੰ ਵੋਟ ਪੈਂਦੀ ਆ ਤਾਂ ਉਹਨੂੰ ਉਹਦੇ ਕੰਮਾਂ ਦਾ ਕਰਕੇ ਵੋਟ ਪੈਂਦੀ ਤੇ ਜਦੋਂ ਤੀਸਰੀ ਵਾਰ ਬੰਦਾ ਸਰਪੰਚ ਬਣਦਾ ਤੁਸੀਂ ਦੇਖੋ ਵੀ ਉਹ ਇਨਸਾਨ ਦੇ ਤੁਹਾਡੇ ਪਰਿਵਾਰਾਂ ਨਾਲ ਕਿੱਦਾਂ ਦੇ ਰਿਲੇਸ਼ਨ ਹੋਣਗੇ ਤੁਹਾਡੇ ਵਿੱਚ ਉਹ ਦੁੱਖ ਸੁੱਖ ਵਿੱਚ ਕਿੱਦਾਂ ਸਤਿਗੁਰ ਕਾ ਦਰਸ਼ਨ ਪਾਏ ਜੀਓ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ
أمرت بار